ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ, ਪਿਛਲੇ ਭਾਗ 'ਚ ਅਸੀਂ ਤੁਹਾਨੂੰ ਦੱਸਿਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੇ ਉਸ ਮਹਾਨ ਗ੍ਰੰਥ ਦੇ ਸੰਕਲਨ ਬਾਰੇ। ਸੋ ਇਸ ਭਾਗ 'ਚ ਅਸੀਂ ਗੱਲ ਕਰਾਂਗੇ ਉਹਨਾਂ ਦੁਆਰਾ ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਦੇ ਨਿਰਮਾਣ ਕੀਤੇ ਜਾਣ ਬਾਰੇ। ਸੋ ਆਪਾਂ ਸ਼ੁਰੂ ਤੋਂ ਸ਼ੁਰੂ ਕਰਾਂਗੇ ਕਿ ਜਦੋਂ ਉੱਥੇ ਅੰਮ੍ਰਿਤਸਰ ਸ਼ਹਿਰ ਨਹੀਂ ਵਸਿਆ ਸੀ ਤਾਂ ਉਦੋਂ ਉੱਥੇ ਪਹਿਲਾਂ ਕੀ ਸੀ। ਉਦੋਂ ਜਦੋਂ ਤੱਕ ਉੱਥੇ ਅੰਮ੍ਰਿਤਸਰ ਸ਼ਹਿਰ ਨਹੀਂ ਵਸਿਆ ਸੀ ਉਦੋਂ ਉੱਥੇ ਇੱਕ ਬਹੁਤ ਵੱਡਾ, ਬਹੁਤ ਸੁੰਦਰ ਜਿਹੜਾ ਘਣਾ ਜੰਗਲ ਸੀ, ਬਹੁਤ ਸ਼ਾਂਤ ਜਗ੍ਹਾ ਸੀ ਉਹ। ਤੇ ਉੱਥੇ ਇੱਕ ਢਾਬ ਦੇ ਕਿਨਾਰੇ ਰਿਸ਼ੀ ਮੁਨੀ ਉੱਥੇ ਜਿਹੜੀ ਸਾਧਨਾ ਲਈ, ਭਗਤੀ ਬੰਦਨਾ ਲਈ ਆਉਂਦੇ ਸੀ। ਬਾਬਾ ਨਾਨਕ ਜੀ ਵੀ ਆਪਣੀਆਂ ਉਦਾਸੀਆਂ ਦੌਰਾਨ ਉੱਥੇ ਆਏ ਸੀ। ਉਹ ਆਪਣੇ ਨਾਲ ਅੰਗਦ ਦੇਵ ਜੀ ਨੂੰ ਵੀ, ਭਾਈ ਲਹਿਣਾ ਜੀ ਨੂੰ ਵੀ ਲੈ ਕੇ ਆਏ ਸੀ। ਉਸ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਤੇ ਰਾਮਦਾਸ ਜੀ ਨੇ ਉੱਥੇ ਆਪਣੇ ਚਰਨ ਪਾਏ। ਸ਼੍ਰੀ ਗੁਰੂ ਅਮਰਦਾਸ ਜੀ ਇੱਥੇ ਨਗਰ ਵਸਾਉਣ ਦਾ ਨਿਸ਼ਚਾ ਕਰਦੇ ਨੇ। ਇਸ ਕਾਰਜ ਦੀ ਜ਼ਿੰਮੇਵਾਰੀ ਉਹ ਰਾਮਦਾਸ ਜੀ ਨੂੰ ਲਗਾਉਂਦੇ ਨੇ। ਉਸ ਸਮੇਂ ਰਾਮਦਾਸ ਜੀ ਗੁਰਗੱਦੀ ਤੇ ਨਹੀਂ ਵਿਰਾਜਮਾਨ ਹੋਏ ਸੀ। ਫਿਰ ਉਹ ਤੁੰਗ ਪਿੰਡ ਦੇ ਲੋਕਾਂ ਕੋਲ ਉੱਥੋਂ ਜ਼ਮੀਨ ਖਰੀਦਦੇ ਨੇ ਤੇ ਉੱਥੇ ਇੱਕ ਤਲਾਬ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਉਂਦੇ ਨੇ। ਫਿਰ ਉਸ ਤਲਾਬ ਦੇ ਆਸੇ ਪਾਸੇ ਉਹ 52 ਕਿੱਤਿਆਂ ਦੇ ਲੋਕਾਂ ਨੂੰ ਲਿਆ ਕੇ ਉੱਥੇ ਇੱਕ ਨਗਰ ਵਸਾਉਂਦੇ ਨੇ ਤੇ ਉਸ ਨਗਰ ਦਾ ਨਾਮ ਰੱਖਿਆ ਜਾਂਦਾ ਹੈ ਰਾਮਦਾਸਪੁਰਾ। ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਰੱਖਿਆ ਸੀ ਇਹ। ਬਾਅਦ 'ਚ ਇਹਨੂੰ ਗੁਰੂ ਕੀ ਚੱਕ ਤੇ ਚੱਕ ਰਾਮਦਾਸਪੁਰਾ ਵੀ ਕਿਹਾ ਜਾਣ ਲੱਗਾ। ਹੁਣ ਉਸ ਨਗਰ ਦਾ ਨਾਂ ਸੀ ਰਾਮਦਾਸਪੁਰਾ। ਫਿਰ ਅੱਜ ਇਹ ਸ਼ਹਿਰ ਦਾ ਨਾਮ ਅੰਮ੍ਰਿਤਸਰ ਹੈ। ਇਹ ਨਾਮ ਕਿਵੇਂ ਪਿਆ ਉਸ ਨਗਰ ਦਾ? ਅਸਲ 'ਚ ਜਿਹੜੇ ਸਰੋਵਰ ਦੀ ਖੁਦਾਈ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਰਵਾਈ ਸੀ ਉਹਦਾ ਨਾਂ ਰੱਖਿਆ ਸੀ ਅੰਮ੍ਰਿਤ ਸਰੋਵਰ। ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਸੀ ਉਸ ਸਰੋਵਰ ਦਾ ਨਾਂ। ਇਸੇ ਤਰੀਕੇ ਨਾਲ ਅੰਮ੍ਰਿਤ ਸਰੋਵਰ ਤੋਂ ਫਿਰ ਉਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਪੈਂਦਾ। ਹੁਣ ਸ਼੍ਰੀ ਗੁਰੂ ਅਰਜਨ ਦੇਵ ਜੀ ਫਿਰ ਉਸ ਜਿਹੜੇ ਕੱਚੇ ਸਰੋਵਰ ਨੂੰ ਪੱਕਾ ਕਰਵਾਉਣ ਦਾ ਕੰਮ ਆਰੰਭਦੇ ਨੇ। ਫਿਰ ਉਹ ਸਰੋਵਰ ਪੱਕਾ ਕੀਤਾ ਜਾਂਦਾ ਤੇ ਉਸ ਜਗ੍ਹਾ ਤੇ ਜਿੱਥੇ ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ ਨੇ ਭਜਨ ਬੰਦਗੀ ਕੀਤੀ ਸੀ, ਠੀਕ ਉਸੇ ਸਥਾਨ ਤੇ ਉਸ ਸਰੋਵਰ ਦੇ ਵਿੱਚੋ ਵਿੱਚ ਉਹ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਂਦੇ ਨੇ। ਇਸ ਮਹਾਨ ਨਗਰ ਦਾ ਨਕਸ਼ਾ ਉਹ ਆਪ ਆਪਣੇ ਹੱਥਾਂ ਨਾਲ ਤਿਆਰ ਕਰਦੇ ਨੇ ਤੇ ਉਸਦੇ ਬਾਕੀ ਕਾਰਜਾਂ ਦੀ ਜ਼ਿੰਮੇਵਾਰੀ ਉਹ ਬਾਬਾ ਬੁੱਢਾ ਜੀ ਨੂੰ ਸੌਂਪਦੇ ਨੇ। ਇਸ ਨਗਰ ਦੀ ਜਿਹੜੀ ਨੀਂਹ ਹੈ ਉਹ ਸਾਈਂ ਮੀਆਂ ਮੀਰ ਜੀ ਨੇ ਰੱਖੀ ਸੀ। ਹੁਣ ਸਾਈਂ ਮੀਆਂ ਮੀਰ ਜੀ ਕੌਣ ਸੀ? ਇਹ ਇੱਕ ਮੁਸਲਮਾਨ ਫਕੀਰ ਸੀ। ਹੁਣ ਸਿੱਖਾਂ ਦੇ ਇੰਨੇ ਵੱਡੇ ਕੇਂਦਰ, ਸਿੱਖਾਂ ਦੇ ਮਹਾਨ ਪਵਿੱਤਰ ਧਾਰਮਿਕ ਸਥਾਨ ਦੀ ਨੀਂਹ ਇੱਕ ਮੁਸਲਮਾਨ ਫਕੀਰ ਕੋਲੋਂ ਰਖਾਉਣਾ ਬਹੁਤ ਵੱਡੀ ਗੱਲ ਸੀ। ਹੁਣ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਦੇਖ ਰੇਖ 'ਚ ਇਹ ਨਗਰ ਬਣ ਕੇ ਤਿਆਰ ਹੋ ਜਾਂਦਾ ਤੇ ਉਹਨਾਂ ਦੇ ਸਮੇਂ ਦੌਰਾਨ ਹੀ ਇਹ ਨਗਰ ਬਹੁਤ ਤਰੱਕੀ ਕਰਦਾ। ਸੋ ਇਹ ਸੀ ਕੁਛ ਜਾਣਕਾਰੀ ਹਰਿਮੰਦਰ ਸਾਹਿਬ ਦੇ ਨਿਰਮਾਣ ਬਾਰੇ। ਸੋ ਉਮੀਦ ਹੈ ਕਿ ਇਸੇ ਤਰੀਕੇ ਨਾਲ ਤੁਸੀਂ ਸਾਡੇ ਨਾਲ ਜੁੜੇ ਰਹੋਗੇ। ਤਦ ਤੱਕ ਦੇ ਲਈ ਧੰਨਵਾਦ।